पात्रा शहर विच ही नहीं पूरे पंजाब दे विच जा पूरे संसार भर दे विच कोविड 19 पेंडेमिक जो चल रहा है उस दे संबंध विच लगातार केसिज बढ़ रहे हैं ते उसनू देखते हुए तकरीबन साढ़े कोले जो 50% स्टाफ डेली स्कूल दे विच आउंदा है उन्हां दी सेफ्टी दे लई असी उन्हां नू ए सैनिटाइजिंग मशीन लगाई है इस दे नाल जिवें ही कोई परसन एंटर हुंदा है तां सेंसर लगे हुए ते वो आटोमैटिकली सैनिटाइज होके फिर वो अंदर जांदे है तां उस दे नाल वो 4 to 5 घंटे सेफ रहिंदे है बाकी अपना होर भी प्रिकॉशन यूज करदे हैं उस चीज़ नू देखते हुए ये असी सैनिटाइजिंग मशीन लाई है ते उम्मीद है कि साडा स्टाफ दी जिहड़ी सेहत है जां ये करोना वायरस है वो इफेक्ट नहीं करेगा। हाँ जी कोई भी विजिटर आउंदे आ जिवें फीसां देण लई आउंदे आ कोई नवीआं एडमिशन्स दे संबंध दे विच जां कोई प्रॉब्लम्स ने पब्लिक दे विचों कोई भी परसनस आउंदे आ सारिआं दे लई सेफ्टी है ते इक मॉडल भी है भी इसे तरह ही होर भी आपां दूजे पब्लिक प्लेसिस ते जां जिहड़ियां वड्डियां दुकानां ने फैक्ट्रीज़ ने ਉੱਥੇ ਵੀ ਇਹ ਲਗਾਉਣੇ ਚਾਹੀਦੇ ਆ। ਦੇਖੋ ਮੇਰੀ ਸਾਰੀ ਲੋਕਾਂ ਨੂੰ ਬੇਨਤੀ ਹੈ ਕਿ ਆਪਾਂ ਨੂੰ ਸਭ ਨੂੰ ਪ੍ਰੀਕੋਸ਼ਨਸ ਯੂਜ਼ ਕਰਨੇ ਚਾਹੀਦੇ ਆ ਜੀ, ਮਾਸਕ ਲਗਾਉਣੇ ਚਾਹੀਦੇ ਆ, ਸੈਨੇਟਾਈਜ਼ਰ ਯੂਜ਼ ਕਰਨਾ ਚਾਹੀਦਾ ਅਤੇ ਸੋਸ਼ਲ ਡਿਸਟੈਂਸਿੰਗ ਹੈ ਜਿਹੜੀ ਉਹ ਬਣਾ ਕੇ ਰੱਖਣੀ ਚਾਹੀਦੀ ਹੈ। ਇਸ ਦੇ ਨਾਲ ਨਾਲ ਹੀ ਜਿਹੜੀ ਆਪਣੀ ਟੈਸਟਿੰਗ ਹੈ ਉਹ ਮਾਸ ਲੈਵਲ 'ਤੇ ਚੱਲ ਰਹੀ ਹੈ ਅਤੇ ਟੈਸਟਿੰਗ ਟੀਮਸ ਦੇ ਨਾਲ ਵੀ ਪੂਰਾ ਸਹਿਯੋਗ ਕਰਨਾ ਚਾਹੀਦਾ ਅਤੇ ਵਲੰਟੀਅਰਲੀ ਆਪਣੇ ਤੌਰ 'ਤੇ ਵੀ ਜਾ ਕੇ ਆਪਾਂ ਨੂੰ ਟੈਸਟ ਕਰਾਉਣੇ ਚਾਹੀਦੇ ਹੈ ਅਤੇ ਇਹ ਆਪਣਾ ਸਭ ਦਾ ਫਰਜ਼ ਬਣਦਾ ਅਤੇ ਪੰਜਾਬ ਸਰਕਾਰ ਬਹੁਤ ਅੱਛੇ ਉਪਰਾਲੇ ਕਰ ਰਹੀ ਹੈ, ਸਪੈਸ਼ਲੀ ਸਾਡੇ ਪਾਤਰਾਂ ਸ਼ਹਿਰ ਦੇ SDM ਮਿਸਿਸ ਪਾਲਿਕਾ ਅਰੋੜਾ ਜੀ ਉਹਨਾਂ ਨੂੰ ਵੀ ਐਪਰੀਸ਼ੀਏਟ ਕਰਦਾ ਕਿ ਉਹ ਦਿਨ ਰਾਤ ਪੂਰੀ ਮਿਹਨਤ ਕਰ ਰਹੇ ਹੈ ਅਤੇ ਲੋਕਾਂ ਨੂੰ ਵੀ ਮੋਟੀਵੇਟ ਕਰ ਰਹੇ ਹੈ ਅਤੇ ਉਹਨਾਂ ਨੇ ਪੂਰੀ ਹਦਾਇਤਾਂ ਦੇ ਅਨੁਸਾਰ ਲੋਕ ਚੱਲ ਰਹੇ ਹੈ ਅਤੇ ਲੋਕ ਵੀ ਕੋਆਪਰੇਟ ਕਰ ਰਹੇ ਹੈ ਉਹਨਾਂ ਦੇ ਨਾਲ ਅਤੇ ਹੈਲਥ ਡਿਪਾਰਟਮੈਂਟ ਪੁਲਿਸ ਡਿਪਾਰਟਮੈਂਟ ਸਾਰੇ ਪੂਰਾ SDM ਮੈਡਮ ਦੇ ਨਿਰਦੇਸ਼ਾਂ ਦੇ ਅਨੁਸਾਰ ਕੰਮ ਕਰ ਰਹੇ ਹੈ ਅਤੇ ਉਸੇ ਕਾਰਨ ਹੀ ਸਾਡੇ ਪਾਤਰਾਂ ਸ਼ਹਿਰ ਦੇ ਵਿੱਚ ਜਿਹੜੇ COVID-19 ਦੇ ਮਰੀਜ਼ ਨੇ ਉਹ ਬਾਕੀ ਏਰੀਆਜ਼ ਦੇ ਕੰਪੈਰੀਟਿਵਲੀ ਬਹੁਤ ਘੱਟ ਨੇ। ਇਸ ਗੱਲ ਦੀ ਮੈਂ ਪਾਲਿਕਾ ਅਰੋੜਾ ਜੀ ਦੀ ਸ਼ਲਾਘਾ ਕਰਦਾ। ਪੂਰਾ ਜਿਹੜਾ ਸਿਹਤ ਵਿਭਾਗ ਹੈ ਅਤੇ ਪ੍ਰਸ਼ਾਸਨ ਹੈ, ਪੁਲਿਸ ਹੈ, ਦਿਨ ਰਾਤ ਕੰਮ ਕਰ ਰਹੇ ਹੈ ਅਤੇ ਪਬਲਿਕ ਵੀ ਉਹਨਾਂ ਦੀਆਂ ਜੋ ਹਦਾਇਤਾਂ ਨੇ ਉਹਨਾਂ ਨੂੰ ਫੋਲੋ ਕਰ ਰਹੇ ਹੈ, ਉਸ ਦੇ ਮੱਦੇਨਜ਼ਰ ਹੀ ਜੋ ਡੈਥ ਰੇਟ ਹੈ ਉਹ ਬਹੁਤ ਘੱਟ ਪਾਇਆ ਜਾ ਰਿਹਾ ਹੈ। ਸਭ ਦਾ ਹੀ ਫਰਜ਼ ਬਣਦਾ ਕਿਉਂਕਿ ਇਹ ਤਾਂ ਇੱਕ ਆਪਣੇ ਆਪ ਨੂੰ ਬਚਾਉਣ ਵਾਲੀ ਗੱਲ ਹੈ। ਆਪਾਂ ਇਹਨਾਂ ਪ੍ਰੀਕੋਸ਼ਨਸ ਦੇ ਨਾਲ ਨਾਲ ਆਪਣੀ ਸਰੀਰਕ ਐਕਸਰਸਾਈਜ਼, ਕਸਰਤ ਅਤੇ ਆਪਣੀਆਂ ਖਾਣ ਪੀਣ ਦੀਆਂ ਹੈਬਿਟਸ ਜਿਸ ਦੇ ਨਾਲ ਆਪਣਾ ਜਿਹੜਾ ਇਮਿਊਨ ਹੈ ਉਹ ਸਟਰੋਂਗ ਹੋ ਜਾਏਗਾ। ਉਸ ਤੋਂ ਇਲਾਵਾ ਜੇ ਆਪਾਂ ਇਹ ਪ੍ਰੀਕੋਸ਼ਨਸ ਯੂਜ਼ ਕਰਦੇ ਹਾਂ ਜਿਵੇਂ ਮਾਸਕ, ਸੈਨੇਟਾਈਜ਼ਰਸ ਅਤੇ ਸੋਸ਼ਲ ਡਿਸਟੈਂਸਿੰਗ ਅਤੇ ਉਸਦੇ ਨਾਲ ਆਪਣੀ ਤਕਰੀਬਨ 95% ਜਿਹੜੀ ਬੱਚਤ ਰਹੇਗੀ ਅਤੇ ਆਪਾਂ ਜੋ ਇਹ ਕਰੋਨਾ ਨਾਂ ਦੀ ਮਹਾਂਮਾਰੀ ਹੈ ਉਸ ਤੋਂ ਆਪਾਂ ਛੁਟਕਾਰਾ ਪਾ ਸਕਦੇ ਹਾਂ। ਸੱਚ ਤੇ ਪੈਰਾ TV ਲਈ ਸਤਪਾਲ ਗਰਗ ਦੀ ਰਿਪੋਰਟ।